ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਸਿੱਧਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ, ਤੁਸੀਂ ਬੜੇ ਵੱਡੇ ਪੁਰਖ ਪ੍ਰਗਟ ਹੋਏ ਹੋ। ਤੁਸੀਂ ਕਲਯੁਗ ਵਿੱਚ ਰੂਹਾਨੀਅਤ ਦੀ ਜੋਤ, ਸ਼ਬਦ ਦੀ ਜੋਤ ਜਗਾਈ ਹੈ। ਇਸ ਕਲਯੁਗ ਦੇ ਝੱਖੜ ਦੇ ਵਿੱਚ ਅਸੀਂ ਰੂਹਾਨੀਅਤ ਦਾ ਦੀਵਾ ਜਗਾਉਣ ਦਾ ਯਤਨ ਕਰਦੇ ਹਾਂ, ਉਹ ਬੁੱਝ ਜਾਂਦਾ ਹੈ। ਪਰ ਤੁਸੀਂ ਇੰਨੀ ਹਨੇਰੀ ਵਿੱਚ ਸ਼ਬਦ ਦੀ ਜੋਤ ਜਗਾ ਦਿੱਤੀ ਹੈ, ਜਿਸ ਤੋਂ ਸਦਾ ਵਾਸਤੇ ਹੀ ਤੁਹਾਡੀ ਸਿੱਖੀ ਰੋਸ਼ਨੀ ਲੈਂਦੀ ਰਹੇਗੀ। ਇਹ ਤੁਹਾਡੀ ਵੱਡੀ ਕਮਾਈ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।